ਪਰਿਕਰਮਾ ਕਰਦੇ ਹੋਏ ਇਸ ਪੜਾਵ ਦੇ ਉੱਤੇ ਪਹੁੰਚੇ ਆ। ਪੜਾਵ ਵਾਲੇ ਵੀਰਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਲੋਂ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਪ੍ਰਬੰਧਕ ਜਨਾਂ ਵੱਲੋਂ ਜੀ ਉਹ ਆਇਆਂ ਧੰਨਵਾਦ ਕੀਤਾ ਜਾਂਦਾ ਹੈ। ਵਾਰ ਵਾਰ ਮੈਂ ਤੁਹਾਨੂੰ ਵਧਾਈਆਂ ਦਿੰਦਾ ਹਾਂ। ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਪ੍ਰਵਾਨ ਕਰੋ, ਧਰਤੀਆਂ ਨੂੰ ਕਰੋ ਕਾਗਰ, ਸਰਬੱਤ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪੜਾਅ ਦੇ ਉੱਤੇ ਦਾਸ ਜੋ ਇਤਿਹਾਸ ਕਹਿ ਕੇ ਆਇਆ, ਕਿਉਂਕਿ ਇਹ ਜਿਹੜਾ ਸਦੀਆਂ ਦਾ ਮਹਾਰਾਜ ਨੇ ਇਤਿਹਾਸ ਸਿਰਜਿਆ ਹੈ, ਇਹ ਕਦੀ ਘੰਟਿਆਂ ਵਿੱਚ, ਕਦੀ ਪਲਾਂ ਵਿੱਚ, ਕਦੀ ਦਿਨਾਂ ਵਿੱਚ, ਮਹੀਨਿਆਂ ਵਿੱਚ ਪੂਰਾ ਨਹੀਂ ਹੁੰਦਾ ਗਾ। ਆਓ ਮੈਂ ਗੁਰੂ ਦੀ ਬਖਸ਼ਿਸ਼ ਅਨੁਸਾਰ ਗੁਰੂ ਦੀ ਸੰਗਤ ਦੀ ਰਹਿਮਤ ਦਾ ਗਿਣਖਾ ਦਾਸ ਨੂੰ ਮਿਲਿਆ ਹੈ ਤੁਹਾਡੇ ਦੀਦਾਰ ਕਰਨ ਦਾ, ਪ੍ਰਬੰਧ ਜਨਾਂ ਦਾ, ਪੀਰਾਂ ਦਾ, ਬਜ਼ੁਰਗਾਂ ਦਾ ਧੰਨਵਾਦ ਕਰਦੇ ਹਾਂ। ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵੱਲ ਪਕੜੇ ਦੀ ਪਵਿੱਤਰ ਧਰਤੀ ਤੇ ਆਏ ਆ। ਮਹਾਰਾਜ ਨੇ ਬੜੇ ਚੋਰ ਕੀਤੇ ਆ, ਬੜੀਆਂ ਖੇਡਾਂ ਕੀਤੀਆਂ। ਹੁਣ ਹੇਮਕੁੰਡ ਦਾ ਵਾਸੀ ਜਦੋਂ ਪਟਨੇ ਵਿੱਚ ਆਇਆ ਤੇ ਪੀਰ ਭੀਗਮ ਸ਼ਾਹ ਜਿਹੜਾ ਅੱਗੇ ਰੋਜ਼ ਲਹਿੰਦੇ ਨੂੰ ਨਵਾਜ਼ ਪੜਦਾ, ਚੇਲਿਆਂ ਨੂੰ ਕਹਿੰਦਾ ਮੈਨੂੰ ਜਾ ਕੇ ਦਰਸ਼ਨ ਦਿਲਾਰੇ ਕਰਾਓ।